ਕੀਤਾ ਕਰੋ, ਜ਼ਿਕਰ ਕੀਤਾ ਕਰੋ, ਆਪਣੇ ਅੱਬ ਦੀ ਖਿਦਮਤ ਕੀਤਾ ਕਰੋ, ਖਿਆਲ ਕੀਤਾ ਕਰੋ। ਸੈਯਦ ਇਮਾਲ ਅਲੀ ਮੁਸ਼ਕਿਲ ਕੁਸ਼ਾ ਸਹੀ ਫਰਮੈਂਦਨ, ਅੱਲਾ ਸਹੀ ਹਰ ਬੰਦੇ ਕੋ ਤਰੇ ਚੀਜ਼ਾਂ ਇੱਕ ਦਫਾ ਦੇਂਦੇ ਵੱਲ ਨਹੀਂ ਦੇਂਦਾ। ਜਵਾਨੀ ਇੱਕ ਦਫਾ ਦੇਂਦੇ ਵੱਲ ਨਹੀਂ ਦੇਂਦਾ, ਹੁਸਨ ਇੱਕ ਦਫਾ ਦੇਂਦੇ ਵੱਲ ਨਹੀਂ ਦੇਂਦਾ। ਅਗਲਾ ਜੁਮਲਾ ਮੇਰੇ ਮੌਜੂ ਦੇ ਮੁਤਾਬਿਕ ਹੈ, ਪਿਓ ਮਾਂ ਇੱਕ ਦਫਾ ਦੇਂਦੇ ਵੱਲ ਨਹੀਂ ਦੇਂਦਾ। ਦੇ ਸਾਰੇ ਸਾਰੇ ਚੂਹਾਰਨ ਤਰੇ ਅੱਖੀਆਂ ਲੈ ਮੋਬਾਈਲ ਕੀਤੇ ਵਧਣ, ਪਿਓ ਦੇ ਗੁਸਤਾਖ ਹੈ। ਦੇ ਸਾਰੇ ਸਾਰੇ ਚੂਹਾਰਨ ਵੱਡੇ ਵੱਡੇ ਮੋਟਰਸਾਈਕਲ ਕੀਤੇ ਵਧਣ, ਇੱਕ ਦੂ ਪੰਜ ਵਾਲੇ ਵਾਲੀ ਪਿਓ ਕੋ ਖੰਡੇ ਨਹੀਂ, ਪਿਓ ਕੋ ਮਾਖੀ ਨਹੀਂ ਮਰਦੇ, ਪਿਓ ਮਾਂ ਕੋ ਲਿਖਦੇ ਨਹੀਂ। ਔਰ ਮੈਂ ਸੈਯਦ ਦਾ ਇੱਕ ਜੁਮਲਾ ਸੁਣ ਗਈ ਨਾ, ਤੈਂ ਪਿਓ ਮਾਂ ਕੋ ਨਹੀਂ ਲਿਖਾ ਦਾ ਨਾ ਲਿਖ, ਮੈਂ ਤੇਰੀ ਮਿੰਨਤ ਨਹੀਂ ਕਰਨ ਦਾ, ਤੈਨੇ ਹੱਥ ਜੁੜੇ ਨਾ, ਤਿਆਰੀ ਰੱਖੇ। ਜਿਹੜਾ ਕੁਝ ਤੂੰ ਪਿਓ ਮਾਂ ਦੇ ਨਾਲ ਬੈਠਾ ਕਰੇ ਨੀ, ਬੈਠਾ ਪਾਤੀ ਕਮੇਟੀ ਹੈ, ਤੇ ਕਮੇਟੀ ਖੁੱਲਣੀ ਹੈ, ਤੇ ਜਲੇ ਕਮੇਟੀ ਖੁੱਲੇ ਤੇ ਤੇਰਾ ਪੁੱਤਰ ਤੇਰੇ ਸਾਹਮਣੇ ਕੱਲਾ ਚਾਹ ਤੇ ਖੜਾ ਹੋਵੇ, ਵੱਲ ਪੀਰਾਂ ਦੇ ਬੂਹੇ ਦੇ ਉੱਤੇ ਵੰਜ ਤੇ ਤਵੀਦ ਨਾ ਗਹਿਣਾ ਹੋਵੇ। ਪਰ ਇਹ ਨਾ ਆਖੇ ਕਿ ਮੇਰੇ ਪੁੱਤਰ ਮੇਰੀ ਔਲਾਦ ਮੇਰਾ ਆਖਾ ਨਹੀਂ ਪਈ ਮਨੇਦੀ, ਤੇ ਮੇਰੇ ਘਰ ਦੇ ਕਾਲਾ ਅਹਿਮਦ ਰਦਾ ਵਰਗਾ ਕੋਈ ਪੀਰ ਹੋ ਸੀ ਤੇ ਜੁਮਲਾ ਇੱਕੋ ਡੇਸੀਆ, ਮੇਰੇ ਖਿਆਲ ਦੇ ਕਮੇਟੀ ਪਾਤੀਆਂ ਵੀ ਖੁੱਲ ਗਈ, ਖਲ ਗਈ ਹੈ। ਖਿਆਲ ਕਰਾ ਹੈ, ਖਿਦਮਤ ਕਰਾ ਹੈ, ਲਵ ਕਰੋ ਤਾਂ ਪਿਓ ਮਾਂ ਨਾਲ, ਇਸ਼ਕ ਕਰੋ ਤਾਂ ਪਿਓ ਮਾਂ ਨਾਲ, ਮੁਹੱਬਤ ਕਰੋ ਤਾਂ ਪਿਓ ਮਾਂ ਨਾਲ, ਕਿਉਂਕਿ ਹਰ ਬੰਦਾ ਗੁਲੇਂਦਾ ਵਧੇ। ਮੈਂ ਉਹਦੇ ਨਾਲ ਪਿਆਰ ਕਰਾਂ ਜਿੱਥੋਂ ਮੇਰੇ ਕੋ ਧੋਖਾ ਨਾ ਮਿਲੇ। ਆਓ ਮੈਂ ਮੁਸਤਫਾ ਦੇ ਮਿੰਬਰ ਤੇ ਖੜਤੇ, ਮਸਜਿਦ ਖਾਨਾ ਖੁਦਾ ਦੇ ਕੁਰਬ ਵਿੱਚ ਖੜਤੇ, ਮੁਸਤਫਾ ਕਰੀਮ ਦੇ ਮਿਲਾ ਦੇ ਪਾਕ ਦੀ ਮਹਿਫਿਲ ਵਿੱਚ ਖੜਤੇ, ਹੱਥ ਖੜੇ ਕਰਤੇ ਦੱਸਣਾ ਚਾਹਨਾ, ਜਹਾਨ ਵਿੱਚ ਕੋਈ ਮੁਖਲਿਸ ਕਹਿ ਨਹੀਂ ਵੇ, ਕੋਈ ਮੁਖਲਿਸ ਕਹਿ ਨਹੀਂ ਵੇ, ਕੋਈ ਮੁਖਲਿਸ ਕਹਿ ਨਹੀਂ ਵੇ, ਮੁਖਲਿਸ ਸਿਰਫ ਜਹਾਨ ਵਿੱਚ ਦੂ ਹਨ, ਪਿਓ ਤੇ ਮਾਂ। ਅੱਲਾਹੁ ਅਕਬਰ, ਅੱਲਾਹੁ ਅਕਬਰ, ਜਿਨ੍ਹਾਂ ਦੇ ਸਿਰ ਨਹੀਂ ਹੱਲੇ ਅੱਲਾ ਕਰੇ ਹੱਲੇ, ਪਰ ਜਿਹੜੇ ਅੱਜਾ ਹੀ ਨਹੀਂ ਖਚਕੇ ਅੱਲਾ ਕਰੇ ਖਚਕੇ, ਅੱਜਾ ਤੱਕ ਕਿਸੇ ਉਹਦੇ ਕਈ ਹਰਕਤ ਚ ਨਹੀਂ ਆਏ, ਸ਼ਾਲਾ ਕਰੇ ਹਰਕਤ ਚ ਆਵੇ। ਮੈਂ ਤਾਂ ਕਾਕਾ ਤਜਰਬੇ ਚ ਨਿਕਲ ਤੇ ਅਰਜ਼ ਖੜਾ ਕਰੇ ਨਾ, ਅੱਗਾ ਹੈ ਤੁਹਾਡੀ ਮਰਜ਼ੀ, ਅੱਗਾ ਹੈ ਤੁਹਾਡਾ ਆਪਣਾ ਅਸੂਲ, ਅੱਗਾ ਹੈ ਤੁਹਾਡੀ ਆਪਣੀ ਜ਼ਿੰਦਗੀ ਦਾ ਮਨਸ਼ੂਰ, ਮਗਰ ਇੱਕ ਬਾਤ ਯਾਦ ਰੱਖਾ ਹੈ, ਜਗਨ 40-45 ਸਾਲ ਦੇ ਥੀਸੋ ਵੱਲ ਮੇਰੇ ਪਹਾਕੇ ਮੇਰੇ ਜੁਮਲੇ ਮੇਰੀ ਲੱਲੋ ਪੱਤੋ ਤੋਂ ਕੁ ਸਮਝ ਆਸੀ। ਸ਼ੁਜਾਬਾਦ ਦਾ ਇੱਕ ਸੁੱਕਾ ਸਾੜਾ ਜਿਹਾ ਮੌਲਵੀ ਆਂਦਾ ਆਈ, ਬਿਲਕੁਲ ਇਵੇਂ ਲੱਕੜ ਦੀ ਲੱਕੜ ਆਈ, ਉਹ ਸਖਤ ਜਾਈ ਤਕਰੀਰ ਕਰੇਂਦਾ ਆਈ, ਤੇ ਇੱਕੋ ਜੁਮਲਾ ਦਾਈ, ਮੁਖਲਿਸ ਪਿਓ ਤੇ ਮਾਂ ਹਨ। ਅੱਜ ਪੱਤਾ ਵਧਾ ਲੱਗਦੇ ਉਵੇਲੇ ਕੌੜੇ ਹਨ, ਅੱਜ ਪਤਾ ਲੱਗਦੇ ਪਿਓ ਮਾਂ ਕਿਆ, ਅੱਜ ਪਤਾ ਲੱਗਦੇ ਪਿਓ ਮਾਂ ਕਿਆ, ਅੱਜ ਪਤਾ ਲੱਗਦੇ ਪਿਓ ਮਾਂ ਕਿਆ। ਬਾਪ ਦੇ ਚਿਹਰੇ ਕੁੜੇ ਦੇ ਡੂ ਉਮਰੇ, ਇੱਕ ਮਕਬੂਲ ਹੱਜ ਦਾ ਸਵਾਬ, ਰਾਤ ਕੋ ਵੰਜ ਤੇ ਲਿਖਾਏ ਕਬ ਪੀਆ ਕੀਤਾ ਹੈ, ਜੇ ਕੋ ਡੇ ਧਿਆਂ ਡੂ ਉਮਰੇ ਇੱਕ ਮਕਬੂਲ ਹੱਜ ਦਾ ਸਵਾਬ ਥੀਵੇ, ਰਾਤ ਲਿਖਾਏ ਕਾਬਾ ਪੀਆ ਕੀਤਾ ਹੈ, ਰੂੜੀ ਤੇ ਗੱਲੀ ਤੇ ਬਾਣੇ ਚ ਕਾਬੇ ਥਾਈ ਫਬਦਨ, ਕਾਬੇ ਥਾਈ ਜਚਦਨ। ਤੁਸੀਂ ਨਿੱਕਾ ਨਿੱਕਾ ਦਿਹਾਤ ਨਾਲ ਤਾਲੁਕ ਰੱਖਦੇ ਵੇ, ਤੇ ਮੈਂ ਖਾਲਿਸ ਦਿਹਾਤੀ ਮੌਲਵੀ ਹਾਂ, ਖੱਟਾ ਟੀਟ ਦਿਹਾਤ ਚ ਮੈਂ ਰਹਿਣਾ, ਚਫੇਰ ਮੇਰੇ ਰੇਤ ਦੇ ਟਿੱਬੇ ਅੱਧ ਚ ਮੈਂ ਨਿੱਕਾ ਜਿਹਾ ਮੈਂ ਗਰੀੜਾ ਬਣਾਇਆ ਹੋਇਆ। ਅਸਾਂ ਅਕਸਰ ਲੋਕ ਜਿਹੜੇ ਦਿਹਾਤੀ ਚੋਂ ਟੱਪਦੇ ਡੇਦੇ ਹਾਂ, ਪਿਓ ਮਾਸ਼ੋਦਾ ਬਾਣੇ ਚ ਪਿਆਉਂਦੇ ਰੂੜੀ ਤੇ ਪਿਆਉਂਦੇ, ਜੇ ਕੋ ਡੇਦੇ ਹਾਂ ਡੂ ਉਮਰੇ ਇੱਕ ਮਕਬੂਲ ਹੱਜ ਦਾ ਸਵਾਬ ਹੈ, ਰੂੜੀਆਂ ਤੇ ਸਮੇ ਤੂੰ ਠੱਡੀ ਮਸ਼ੀਨ ਹੈ, ਸਮੇ ਜਵਾਨੀ ਤੁਰਕ ਤੇ ਬੁਢੇਪੇ ਤੱਕ ਸੜੇ ਹੋਣੀ ਸੜੇ, ਕਬ ਤੱਕ ਤੂੰ ਇਕੋ ਸੜੇ ਸੈਂ, ਕਬ ਤੱਕ ਤੂੰ ਇਕੋ ਜ਼ਿਚ ਕਰੇ ਸੈਂ, ਕਬ ਤੱਕ ਤੂੰ ਇਕੋ ਚੋਕਾ ਮਾਰ 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 ਤੇ ਇਕੋ ਜ਼ਖਮੀ ਕਰੇ ਸੈਂ, ਹੋਣੀ ਤਾਂ ਸਕੂਨ ਦਾ ਵਕਤ ਹੀ ਹੁੰਦਾ, ਜ਼ਾਲਿਮਾ ਹੁਣ ਚਾਹ ਤੇ ਰੂੜੀ ਤੇ ਚੱਲ, ਕਰ ਪੁੱਤਰ ਜਿਹੜਾ ਕੁਝ ਕਰਨਾ ਚਾਹਨੇ, ਪਰ ਤੂੰ ਅੱਗੋ ਤਿਆਰੀ ਡੂ ਗੇਟ ਅੱਗੋ ਦੀ ਰੱਖ, ਤੇਰੇ ਤੇ ਕੋ ਪੱਗਾਂ ਸਟੇ ਸੈਂ, ਅੱਗਾਂ ਸਟੇ ਸੈਂ, ਅੱਗਾਂ ਸਟੇ ਸੈਂ। ਹਜ਼ਰਤ ਸੈਯਦੀ ਅਬੂ ਬਕਰ ਸਿੱਦੀਕ ਦੇ ਜ਼ਾਤੇ ਪਾਕ ਦੇ ਅੱਬੇ ਨੇ ਆਖਾ, ਨਾ ਰੱਖਸਾਂ ਅਬਦੁੱਲਾ, ਕਿਆ ਨਾਮ ਰੱਖਸਾਂ ਅਬਦੁੱਲਾ। ਅਰੇ ਬਾਤ ਯਾਦ ਰੱਖੋ, ਜੂ ਹੀ ਬੱਚਾ ਜੰਮਦੇ ਫੌਰਨ ਬਾਪ ਤੇ ਦਿਲ ਚ ਆਉਂਦੀ ਹੈ ਕਿ ਮੈਂ ਆਪਣੀ ਔਲਾਦ ਦਾ ਨਾਮ ਕਿਆ ਰੱਖਣਾ। ਕੁਰਾਨ ਮਜੀਦ ਚ ਅੱਲਾਹ ਦੀ ਅਤੇ ਪਾਕ ਨੇ ਫਰਮਾਇਆ ਕਿ ਤੁਸੀਂ ਆਪਣੀਆਂ ਔਲਾਦਾਂ ਦੇ ਨਾਮ ਰੱਖੇ ਕਰੋ ਤਾਂ ਪਾਕ ਲੋਕਾਂ ਦੇ ਨਾਂ ਨਾ ਰੱਖੇ ਕਰੋ। ਪਰ ਸਰਕਾਰ ਦੀ ਅਤੇ ਪਾਕ ਨੇ ਫਰਮਾਇਆ, ਤਸੰਮੂ ਬਿ ਅਸਮਾ ਇਲ ਅੰਬਿਆ, ਤੁਸੀਂ ਆਪਣੀਆਂ ਔਲਾਦਾਂ ਦੇ ਨਾਂ ਨਬੀਆਂ ਦੇ ਨਾਂ ਨਾ ਰੱਖੇ।
कोशिश करो जनन भी नाम रखो मुहम्मद नाम नाल रखो क्यामत का मैदान हो सी जिन नाम नाल मुहम्मद हो सी अल्लाह फरमाइन ही कोई जहन्नम लेवा में कोई आया बड़ा सारा एक बाबा जी जिंदे नाम हजरत इमाम गजाली आप बहुत वड़े जवान हैं और कितने वड़े जवान हैं जल आका दिया पाक मेराज की रात को अर्श भरी उत्ते तशरीफ गन गया हजरत सैयदी मूसा अलैहि सलाम ने सही की खिदमत चार किया यार सुला तोड़े बाद नबूवत तबूआ बंद ये क्यामत तक तो दीन कौन चले आका फरमा मेरी उम्मत ते उलमा चले आपने फरमा यार सुला एक अपने उम्मतां दे आलमाई जो एक आलम दा लिखाओ नबी दे ते पाक हजरत जिब्रील को फरमाया गजाली दी रूह दा गहना गजाली दी रूह गहना हजरत मूसा अलैहि सलाम फरमा तो ना क्या है आपने फरमाया मोहम्मद मेरे अब्बे जनाए मोहम्मद ओंदे 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 अब्बे जनाए मोहम्मद सुभान अल्लाह हजरत मूसा अलैहि सलाम फरमाया तेरे को एक गाल पूछी एडी गाल लंबेड़ चकी थी ते गाल ही बधाई है चंद जवाब एडा लंबा दीते जा आपने फरमाया जले अल्लाह से तोड़े को पूछा है तेरे हाथ च क्या है तुसा गाल क्यों बधाई आई सुभान अल्लाह पमा तेल का भी अमीन है कया मूसा आपने फरमाया अल्लाह से सीओ पूछा है तेरे हाथ च क्या है तुसा जितनी देर गाल लंबिया करें डू लंबिया की तवज्जो अपने फरमाया सोना जवान है तेरी उम्मत है पाक के अंदर आलम है उन्हें के जिया इतना बड़ा पाए दा बाबा आपने कई किताबा लिखिया मैं जड़ी किताबी चो नकल मारते आपकी समाज के हवाले करना चाहना दकायकुल अखबार क्यामत के मैदान अल्लाह करीम दे बाग एक बंदे को छड़े सी उंदे मुंह दे उते जहन्नम दी मुहर उंदे मत्थे उते जहन्नम दी मुहर उंदे कंड उते जहन्नम दी मुहर अल्लाह करीम दे बाग खब्बे हाथ जहन्नम दा परवाना दे सी और रब ताला दे ते बाग जले कई दे हाथ सजे हाथ च रे सी जंती हो सी जंदे खब्बे हाथ च हो सी जहन्नमी हो सी खब्बे हाथ जहन्नम दा परवाना ये बंदा गेंते वेंदा पिया सी अल्लाह दे पाक सैयदना जिब्रील अमीन अलैहि सलाम को फरमाइसन जिब्राइल जी रब जली हा फरमाइसन बंदा मेरा आखा मनी वेंदे वेंदा उड़ा ही पे वाणी दे कोले गाल दा पूछा अल्लाह से क्या पूछा रब ताला दे ते पाक फरमाए वाणी दे कोले पूछा तेरी यारी कहीं आलम नाल आई सुभान अल्लाह क्या तेरी यारी कहीं आलम नाल आई आ फरमाया अल्लाह से आखे जाए हाय तवाल फरमाए मैं बख्श छोड़े सुभान अल्लाह जिब्रील अमीन अलैहि सलाम तोड़ बेसन अल्लाह दी पाक बरगाह विच हाजिर थी तैयार करे सन ना मेरा जिब्रील है सैयद अल मलाइका अल्लाह करीम दे ते पाक भेजे रब दी जाते पाक बटे फरमाए ने साथ तेरी यारी कहीं आलम ना लाई बक्सी खोए बक्सी अल्लाह से भेजे जा माना मेरा जिब्रील अल्लाह से यहां जे यारी है तवल मते को बशके ना और जुमला सुने अदे यारी हाई कन और कूड़ मार केडे वेंदा पिया तेरी तवज्जो हट गई है किधर में पिया क्या ना पिया मरें दाई वो जहन्नम वाले पास है वहीं देखो उड़ ना मारे खाली जा पुल करे सो या मैं पुल करा सुभान अल्लाह सराय के मैं बैठ रहा था वसल छिलना या छिल गिन सो मैं वसल छिले चा थोड़ी अखी जो पानी आवे सुभान अल्लाह अगे वसल छिले दे आसे अखी जो पानी आवे दा यानी अगे वसल छिले दे आसे रोंदे आसे सुभान अल्लाह।